ਨਮਸਕਾਰ ਸਟੂਡੈਂਟਸ ਵੈਲਕਮ ਟੂ ਬਾਲਾਜੀ ਐਜੂਕੇਸ਼ਨ ਪੁਆਇੰਟ ਸਟੂਡੈਂਟ ਜਿਵੇਂ ਕਿ ਤੁਸੀਂ ਮੇਰੇ ਪਿੱਛੇ ਦੇਖ ਪਾ ਰਹੇ ਹੋ ਪੀਟਪੀਐਸਬੀ ਲਾਇਬ੍ਰੇਰੀਅਨ ਦਾ ਐਗਜ਼ਾਮ ਹੋਇਆ ਸੀ 6 ਅਕਤੂਬਰ 2024 ਪੀਟਪੀਐਸਬੀ ਲਾਇਬ੍ਰੇਰੀਅਨ ਦਾ ਐਗਜ਼ਾਮ ਹੋਇਆ ਸੀ ਤਾਂ ਬੱਚੋ ਉਸ ਦੇ ਵਿੱਚ ਮੈਥ ਅਤੇ ਰੀਜ਼ਨਿੰਗ ਦੇ ਕੁੱਲ ਮਿਲਾ ਕੇ 10 ਕੁਐਸਚਨ ਆਏ ਸੀ ਠੀਕ ਹੈ ਜੀ ਅੱਜ ਦੀ ਕਲਾਸ ਦੇ ਵਿੱਚ ਆਪਾਂ ਉਹ ਦਸੋ ਕੁਐਸਚਨਸ ਨੇ ਜਿਹੜੇ ਡਿਸਕਸ ਕਰਾਂਗੇ ਇਸ ਤੋਂ ਪਹਿਲਾਂ ਬੱਚੋ ਅਸੀਂ ਪੀਟਪੀਐਸਬੀ ਲਾਇਬ੍ਰੇਰੀਅਨ ਦਾ ਜੀਕੇ ਡਿਸਕਸ ਕਰਵਾ ਚੁੱਕੇ ਆ ਅਤੇ ਕੰਪਿਊਟਰ ਵੀ ਡਿਸਕਸ ਕਰਵਾ ਚੁੱਕੇ ਆ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਇਸ ਤੋਂ ਇਲਾਵਾ ਤੁਸੀਂ ਸਾਡਾ ਚੈਨਲ ਬਾਲਾਜੀ ਐਜੂਕੇਸ਼ਨ ਪੁਆਇੰਟ ਸਬਸਕ੍ਰਾਈਬ ਕਰਕੇ ਰੱਖੋ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਠੀਕ ਹੈ ਜੀ ਤਾਂ ਡੇਲੀ ਰੁਟੀਨ ਦੇ ਵਿੱਚ ਇਸ ਤਰੀਕੇ ਦੀਆਂ ਤੁਹਾਨੂੰ ਡੇਲੀ 2 ਤੋਂ 3 ਵੀਡੀਓਜ਼ ਮਿਲਦੀਆਂ ਜਾਂਦੀਆਂ ਨੇ ਇਸ ਤੋਂ ਇਲਾਵਾ ਬੱਚੋ ਜੇ ਤੁਹਾਨੂੰ ਪਤਾ ਹੋਵੇ ਨੋਲੇਜ ਹੋਵੇ ਅਸੀਂ ਡੇਲੀ ਲਾਈਵ ਕਲਾਸ ਸਟਾਰਟ ਕੀਤੀ ਹੈ ਮੈਥ ਅਤੇ ਰੀਜਨਿੰਗ ਦੀ ਕਲਾਸ ਸਟਾਰਟ ਹੋਗੀ ਸ਼ਾਮ ਦਾ ਟਾਈਮ ਹੈ 4 ਵਜੇ ਦਾ ਸ਼ਾਮ 4 ਵਜੇ ਡੇਲੀ ਲਾਈਵ ਕਲਾਸ ਹੁੰਦੀ ਹੈ ਘੰਟੇ ਦੀ ਪਹਿਲਾ ਟਾਪਿਕ ਬਲੱਡ ਰਿਲੇਸ਼ਨ ਟਾਪਿਕ ਸਟਾਰਟ ਹੋਇਆ ਜਿਸ ਦੀ ਕੱਲ ਪਹਿਲੀ ਕਲਾਸ ਲੱਗੀ ਸੀ ਠੀਕ ਹੈ ਜੀ ਤਾਂ ਤੁਸੀਂ ਉਹ ਕਲਾਸਿਸ ਵੀ ਜੁਆਇਨ ਕਰ ਸਕਦੇ ਹੋ ਜਿਸ ਦਾ ਲਿੰਕ ਤੁਹਾਨੂੰ ਸਾਡੇ ਟੈਲੀਗ੍ਰam ਚੈਨਲ ਬਾਲਾਜੀ ਐਜੂਕੇਸ਼ਨ ਪੁਆਇੰਟ ਤੇ ਮਿਲ ਜੂਗਾ ਸਾਡੇ ਵਟਸਐਪ ਚੈਨਲ ਬਾਲਾਜੀ এডਿਕੇਸ਼ਨ ਪੁਆਇੰਟ ਤੇ ਮਿਲ ਜੂਗਾ ਤੇ YouTube ਤੇ ਮਿਲ ਜੂਗਾ ਜੀ ਠੀਕ ਹੈ ਤਾਂ ਇਨਾਂ ਚੈਨਲਸ ਨੂੰ ਤੁਸੀਂ ਜੁਆਇਨ ਕਰਕੇ ਰੱਖੋ ਆਪਣਾ YouTube ਚੈਨਲ ਤੁਸੀਂ ਸਬਸਕ੍ਰਾਈਬ ਕਰਕੇ ਰੱਖੋ ਤਾਂ ਜੋ ਤੁਹਾਨੂੰ ਇਹ ਡੇਲੀ ਦੀਆਂ ਡੇਲੀ ਕਲਾਸਿਸ ਤੁਹਾਨੂੰ ਮਿਲਦੀਆਂ ਜਾਣ ਤਾਂ ਬੱਚੋ ਅੱਜ ਦੀ ਕਲਾਸ ਸਟਾਰਟ ਕਰਦੇ ਆ ਜਿਸ ਦੇ ਵਿੱਚ ਆਪਾਂ 10 ਕੁਐਸਚਨਸ ਨੇ ਜਿਹੜੇ ਮੈਥ ਅਤੇ ਰੀਜ਼ਨਿੰਗ ਦੇ ਡਿਸਕਸ ਕਰਾਂਗੇ ਪਹਿਲੇ ਕੁਐਸਚਨ ਤੋਂ ਠੀਕ ਹੈ ਇੰਨਾ ਕੁਐਸ਼ਨਸ ਦੇ ਨਾਲ ਬੱਚੋ ਤੁਹਾਨੂੰ ਪਤਾ ਲੱਗੂਗਾ ਵੀ ਜੋ ਤੁਸੀਂ ਪੜ ਰਹੇ ਹੋ ਉਹ ਤੁਹਾਡੇ ਲਈ ਬੈਨੀਫੀਸ਼ੀਅਲ ਹੈਗਾ ਜਾਂ ਨਾ ਠੀਕ ਹੈ ਜਿਹੜੇ ਬੱਚੇ ਨਵੇਂ ਹੋ ਉਹਨਾਂ ਨੂੰ ਲੈਵਲ ਦਾ ਪਤਾ ਲੱਗੂਗਾ ਵੀ B ट्रिपल एस बी ਹੈ ਜਿਹੜਾ ਕਿਸ ਤਰੀਕੇ ਦੇ ਕੁਐਸ਼ਨਸ ਨੇ ਜਿਹੜੇ ਪਾ ਰਿਹਾ ਹੈ ਤਾਂ ਬੱਚੋ ਸ਼ੁਰੂ ਕਰਦੇ ਹਾਂ 66 ਨੰਬਰ ਕੁਐਸ਼ਨ ਹੈ 66 ਨੰਬਰ ਕੁਐਸ਼ਨ ਤੋਂ 75 ਨੰਬਰ ਤੱਕ 10 ਕੁਐਸ਼ਨ ਆਏ ਹੋਏ ਨੇ ਪਹਿਲਾ ਜਿਹੜਾ ਕੁਐਸ਼ਨ ਹੈ ਬੱਚੋ ਇਹ ਆਇਆ ਹੋਇਆ ਆਪਣੇ ਕੋਲੇ ਸੀਰੀਜ਼ ਦੇ ਵਿੱਚੋਂ ਤੇ ਜਿਹੜੀ ਸੀਰੀਜ਼ ਸੀਰੀਜ਼ ਦੇ ਵਿੱਚੋਂ ਕੁਐਸਚਨ ਆਇਆ ਹੋਇਆ ਡਾਇਗਰਾਮ ਵਾਲੀ ਸੀਰੀਜ਼ ਦੇ ਵਿੱਚੋਂ ਪਹਿਲੇ ਕੁਐਸਚਨ ਦੇ ਵਿੱਚ ਕੀ ਪਾਇਆ ਹੋਇਆ ਹੈ ਕਹਿੰਦਾ ਜੀ ਆਪਣੇ ਕੋਲੇ ਆ ਬਾਕਸ ਬਣਾ ਕੇ ਦਿੱਤੇ ਹੁਣ ਇਹਨਾਂ ਬਾਕਸ ਦਾ ਆਪਾਂ ਨੇ ਪੈਟਰਨ ਸਮਝਣਾ ਹੁੰਦਾ ਬੱਚੋ ਆਪਾਂ ਇਹਨਾਂ ਬਾਕਸ ਦਾ ਕੀ ਸਮਝਾਂਗੇ ਪੈਟਰਨ ਸਮਝਾਂਗੇ ਤਾਂ ਪੈਟਰਨ ਕਿਵੇਂ ਸਮਝੋਗੇ ਦੇਖੋ ਤੁਹਾਡੇ ਕੋਲੇ ਕੀ ਹੋਇਆ ਇਕੁਅਲ ਟੂ ਤੇ ਸਟਾਰ ਆਪਣੇ ਕੋਲੇ ਆ ਬਾਕਸ ਦੇ ਵਿੱਚ ਇਕੁਅਲ ਟੂ ਤੇ ਆਪਣੇ ਕੋਲੇ ਕਰੋਸ ਦਾ ਸਾਈਨ ਲਗਾਇਆ ਹੋਇਆ ਨੈਕਸਟ ਬਾਕਸ ਦੇ ਵਿੱਚ ਅਜਰਾ ਇਕੁਅਲ ਟੂ ਹੈ अपने एंटी कलोक गया स्टार उ लो करोस टू दाइन एक लैफ गया नैक्सट डायग्राम देखो इकअल टू दाइन दा उ स्टार दाइन दा एंटी क्लोक वाइज एक बॉक्स की हो गया रोटेट हो गया नैक्सट देखोंगे बच्चो थोड़े कोज इकुअल टू द स्टाइन है रोटेट हो गया ਨੈਕਸਟ ਤੁਹਾਡੇ ਕੋਲੇ ਕੀ ਹੋਇਆ ਆਪਣੇ ਕੋਲੇ ਕਰੋਸ ਦਾ ਸਾਈਨ ਰੋਟੇਟ ਹੋਇਆ ਤਾਂ ਇੱਕ ਵਾਰੀ ਬੱਚੋ ਪਹਿਲੇ ਬਾਕਸ ਦੇ ਵਿੱਚ ਆਪਣੇ ਕੋਲੇ ਇਕੁਅਲ ਟੂ ਰੋਟੇਟ ਹੋਇਆ ਉਰੇ ਆਪਣੇ ਕੋਲੇ ਸਟਾਰ ਰੋਟੇਟ ਹੋਇਆ ਜਾਂ ਕਰੋਸ ਰੋਟੇਟ ਹੋਇਆ ਉਰੇ ਇਕੁਅਲ ਟੂ ਰੋਟੇਟ ਹੋਇਆ ਉਰੇ ਫੇਰ ਕਰੋਸ ਰੋਟੇਟ ਹੋਇਆ ਤਾਂ ਅੱਗੇ ਕੀ ਹੋਊਗਾ ਬੱਚੋ ਆਪਣੇ ਕੋਲੇ ਇਕੁਅਲ ਟੂ ਰੋਟੇਟ ਹੋਊਗਾ ਇਕੁਅਲ ਟੂ ਰੋਟੇਟ ਹੋਊਗਾ ਤਾਂ ਇਕੁਅਲ ਟੂ ਇੱਥੇ ਚਲਾ ਜਾਊਗਾ ਤਾਂ ਅਗਲਾ ਜਿਹੜਾ ਬਾਕਸ ਹੈ ਬੱਚੋ ਤੁਹਾਡੇ ਕੋਲੇ ਕੀ ਬਣੂਗਾ ਦੇਖੋ ਅਗਲੇ ਬਾਕਸ ਦੇ ਵਿੱਚ ਕੀ ਹੋਊਗਾ ਆ ਬਾਕਸ ਹੈ ਆਪਣੇ ਕੋਲੇ ਜਿਹੜਾ ਇਕੁਅਲ ਟੂ ਹੈ ਇੱਧਰ ਚਲਾ ਜਾਊਗਾ ਕਰੋਸ ਦਾ ਸਾਈਨ ਇੱਥੇ ਹੀ ਰਹੂਗਾ ਤਾਂ ਆ ਦੇਖ ਲਾਂਗੇ ਆਪਾਂ ਕਿਹੜੀ ਆਪਸ਼ਨ ਦੇ ਵਿੱਚ ਬਣ ਰਿਹਾ ਉਹ ਆਪਸ਼ਨ ਬੱਚਿਓ ਆਪਾਂ ਟਿਕ ਲਗਾ ਦਾਂਗੇ ਆਪਸ਼ਨ ਟਿਕ ਲਗਾ ਦਾਂਗੇ ਆਪਾਂ ਤਾਂ ਦੇਖੋ ਕੀ ਬਣ ਰਿਹਾ ਜੀ ਆਪਣੇ ਕੋਲੇ ਤਾਂ ਬੱਚਿਓ ਧਿਆਨ ਨਾਲ ਦੇਖੋ ਡੀ ਆਪਸ਼ਨ ਪਹਿਲੇ ਕੁਐਸਚਨ ਦਾ ਜਿਹੜਾ ਆਪਣਾ ਆਨਸਰ ਹੈ ਜੀ ਉਹ ਕੀ ਆਜੂਗਾ ਡੀ ਆਪਸ਼ਨ चलिए जी नेक्स्ट ਚਲਦੇ ਆ ਜੀ ਅਗਲੇ ਕੁਐਸਚਨ ਤੇ नेक्स्ट ਕੁਐਸਚਨ ਆ ਬੱਚੋ ਕਹਿੰਦਾ ਜੀ ਟ੍ਰੇਨ ਹੈ 475 ਮੀਟਰ ਲੌਂਗ ਇੱਕ ਟ੍ਰੇਨ ਹੈ ਜਿਹਦੀ ਲੰਬਾਈ ਦਿੱਤੀ 475 ਮੀਟਰ ਲੰਬੀ ਜਿਹੜੀ ਕਿ 30 ਸਕਿੰਟਾਂ ਦੇ ਵਿੱਚ ਇੱਕ ਪੋਲ ਨੂੰ ਕ੍ਰੋਸ ਕਰਦੀ ਹੈ ਇੱਕ ਪੋਲ ਨੂੰ ਕ੍ਰੋਸ ਕਰਨ ਲਈ 30 ਸਕਿੰਟ ਦਾ ਸਮਾਂ ਲੈਂਦੀ ਹੈ ਸਪੀਡ ਆਫ ਦਾ ਟ੍ਰੇਨ ਇਨ ਕਿਲੋਮੀਟਰ ਪਰ ਹਾਅ ਕਿਲੋਮੀਟਰ ਪਰ ਹਾਅ ਦੇ ਵਿੱਚ ਆਪਾਂ ਨੇ ਸਪੀਡ ਪਤਾ ਕਰਨੀ ਹੈ ਤਾਂ ਬੱਚੋ ਦੇਖੋ ਤੁਹਾਨੂੰ ਡਿਸਟੈਂਸ ਦਿੱਤਾ ਡਿਸਟੈਂਸ ਕਿੰਨਾ ਦਿੱਤਾ ਜੀ 475 ਮੀਟਰ ਡਿਸਟੈਂਸ ਦਿੱਤਾ ਬੱਚੋ 475 ਮੀਟਰ ਸਮਾਂ ਦਿੱਤਾ ਟਾਈਮ ਦਿੱਤਾ 30 ਸਕਿੰਟ ਤਾਂ ਆਪਾਂ ਪਹਿਲਾਂ ਕੀ ਕਰੋ ਸਪੀਡ ਦਾ ਫਾਰਮੂਲਾ ਲਗਾ ਲਓ ਜੀ ਸਪੀਡ ਦਾ ਫਾਰਮੂਲਾ ਹੁੰਦਾ ਡਿਸਟੈਂਸ ਵਟਾ ਟਾਈਮ ਡਿਸਟੈਂਸ ਵਟਾ ਟਾਈਮ ਤਾਂ ਉਰੇ ਬਣ ਜਾਊਗਾ ਤੁਹਾਡੇ ਕੋਲੇ 475 ਵਟਾ 30 ਠੀਕ ਹੈ ਜੀ ਇਹਨੂੰ ਕਟਿੰਗ ਕਰਨੀ ਆ 5 ਦੇ ਪਹਾੜੇ ਤੇ ਵੰਡ ਦੋ ਦੇਖੋ 5 ਦੇ ਪਹਾੜੇ ਤੇ ਵੰਡੋਂਗੇ 6 ਤੇ ਗਿਆ ਇਹ ਆਪਣੇ ਕੋਲੇ ਗਿਆ 954595 95 ਵਟਾ 6 ਬਣ ਗਿਆ ਜੀ ਆਪਣੇ ਕੋਲੇ ਹੁਣ ਬੱਚੋ ਇਹ ਜਿਹੜਾ ਬਣਿਆ ਇਹ ਮੀਟਰ ਪਰ ਸੈਕਿੰਡ ਚ ਆਇਆ ਬਟ ਆਪਾਂ ਨੂੰ ਸਪੀਡ ਕਿਸ ਚ ਚਾਹੀਦੀ ਹੈ ਕਿਲੋਮੀਟਰ ਪ੍ਰਾਰਚ ਤਾਂ ਮੀਟਰ ਪਰ ਸੈਕਿੰਡ ਨੂੰ ਜੇ ਆਪਾਂ ਨੇ ਕਿਲੋਮੀਟਰ ਪ੍ਰਾਰਚ ਬਣਾਉਣਾ ਹੋਵੇ ਤਾਂ ਆਪਾਂ ਹਮੇਸ਼ਾ ਗੁਣਾ ਕਰਦੇ ਹੁੰਨੇ ਆ ਜੀ 18 ਵਟਾ 5 ਨਾਲ ਬੱਚੋ ਮੀਟਰ ਪਰ ਸੈਕਿੰਡ ਤੋਂ ਜੇ ਆਪਾਂ ਨੇ ਕਿਲੋਮੀਟਰ ਪਰ ਆਰ ਚ ਜਾਣਾ ਹੋਵੇ ਤਾਂ ਕਿੰਨੇ ਨਾਲ ਮਲਟੀਪਲਾਈ ਹੁੰਦੀ ਹੈ 18 ਵਟਾ 5 ਨਾਲ ਤਾਂ 6 ਨੂੰ 18 ਤੇ ਵੰਡ ਦਾਂਗੇ ਦੇਖੋ ਕਿੰਨੇ ਤੇ ਗਿਆ 3 ਤੇ 5 ਨੂੰ 95 ਤੇ ਵੰਡ ਦੋ ਕਿੰਨੇ ਤੇ ਗਿਆ 19 ਤੇ ਤਾਂ 19 3 ਬੱਚੋ ਕਿੰਨਾ ਆਨਸਰ ਆਜੂਗਾ 57 ਕਿਲੋਮੀਟਰ ਪਰ ਆਰ ਤੁਹਾਡੇ ਕੋਲ ਇਸ ਕੁਸ਼ਨ ਦਾ ਜਿਹੜਾ ਜਵਾਬ ਹੈ ਜੀ ਉਹ ਕਿੰਨਾ ਆਜੂਗਾ ਏ অপਸ਼ਨ 57 ਕਿਲੋਮੀਟਰ ਪਰ ਆਰ ਤਾਂ ਇਹ ਤਰੀਕਾ ਹੁੰਦਾ ਵੀ ਜੇ ਤੁਸੀਂ 1 ਕਿਲੋਮੀਟਰ ਪ੍ਰਾਰ ਨੂੰ ਮੀਟਰ ਪਰ ਸੈਕਿੰਡ ਚ ਕਨਵਰਟ ਕਰੋਗੇ ਤਾਂ ਤੁਸੀਂ ਗੁਣਾ ਕਰੋਗੇ 5/18 ਨਾਲ ਪਰੰਤੂ ਜੇ ਤੁਸੀਂ 1 ਮੀਟਰ ਪਰ ਸੈਕਿੰਡ ਨੂੰ ਕਿਲੋਮੀਟਰ ਪ੍ਰਾਰ ਚ ਗੁਣਾ ਕਰੋਗੇ ਤਾਂ ਬੱਚੋ 18/5 ਕਿਲੋਮੀਟਰ ਪ੍ਰਾਰ ਨਾਲ ਗੁਣਾ ਕਰਾਂਗੇ ਜੀ ਠੀਕ ਹੈ ਜੀ ਆ ਚੀਜ਼ ਤੁਸੀਂ ਯਾਦ ਰੱਖਣੀ ਹੈ ਚਲੋ ਜੀ ਏ ਸੀ ਆਪਣੇ ਪੇਪਰ ਦਾ ਸੈਕਿੰਡ ਕੁਐਸਚਨ ਨੈਕਸਟ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਆ ਦੇਖੋ ਬੱਚੋ 68 ਨੰਬਰ ਕੁਐਸਚਨ ਕਹਿੰਦਾ ਨੈਕਸਟ 2 ਨੰਬਰ ਇਨ ਦਾ ਫੋਲੋਇੰਗ ਸੀਰੀਜ਼ ਅਗਲੇ ਦੋ ਨੰਬਰ ਆਪਾਂ ਨੇ ਪਤਾ ਕਰਨੇ ਨੇ ਜੀ ਅਗਲੇ ਦੋ ਨੰਬਰ ਬੱਚੋ ਆਪਾਂ ਨੇ ਪਤਾ ਕਰਨੇ ਨੇ ਆਪਣੇ ਕੋਲੇ ਆ ਸੀਰੀਜ਼ ਦਿੱਤੀ ਹੋਈ ਹੈ BB 19 16 17 13 14 11 ਤਾਂ ਹੁਣ ਇਹ ਆਪਣੇ ਕੋਲੇ ਬੱਚੋ ਅਲਟਰਨੇਟ ਸੀਰੀਜ਼ ਚੱਲ ਰਹੀ ਹੈ ਦੇਖੋ ਕਿਵੇਂ ਜਿਵੇਂ ਆ ਕਿਸੇ ਬੱਚੇ ਨੇ ਟਰਾਈ ਵੀ ਕੀਤਾ ਹੋਇਆ BB ਤੋਂ ਦੇਖੋ BB ਤੋਂ 19 ਉਰੇ ਬੱਚੋ ਆਪਣੇ ਕੋਲੇ 1 ਮਾਈਨਸ ਹੋ ਗਿਆ 19 ਤੋਂ ਅੱਗੇ 17 ਉਰੇ ਬੱਚੋ ਆਪਣੇ ਕੋਲੇ 2 ਮਾਈਨਸ ਹੋ ਗਿਆ 17 ਤੋਂ 14 ਉਰੇ ਆਪਣੇ ਕੋਲੇ 3 ਮਾਈਨਸ ਹੋ ਗਿਆ ਤਾਂ 14 ਤੋਂ ਬੱਚੋ ਆਪਣੇ ਕੋਲੇ ਉਰੇ 4 ਮਾਈਨਸ ਹੋ ਜਾਊਗਾ 14 ਚੋਂ 4 ਘਟਾ ਦਾਂਗੇ ਪਹਿਲਾ ਨੰਬਰ ਆ ਗਿਆ ਆਪਣੇ ਕੋਲੇ 10 ਪਹਿਲਾ ਨੰਬਰ ਕਿੰਨਾ ਆ ਗਿਆ 10 ਇਸੇ ਤਰੀਕੇ ਨਾਲ ਦੂਸਰਾ ਨੰਬਰ ਦੇਖੋ b ਤੋਂ 16 ਉਰੇ ਆਪਣੇ ਕੋਲੇ 4 ਘਟ ਗਿਆ ਜੀ 16 ਤੋਂ ਬੱਚੋ ਉਰੇ 13 ਉਰੇ 3 ਮਾਈਨਸ ਹੋ ਗਿਆ 13 ਤੋਂ 11 ਉਰੇ ਬੱਚੋ ਆਪਣੇ ਕੋਲੇ 2 ਮਾਈਨਸ ਹੋ ਗਿਆ ਪਹਿਲਾ 4 ਮਾਈਨਸ ਹੋਇਆ 3 ਮਾਈਨਸ ਹੋਇਆ 2 ਮਾਈਨਸ ਹੋਇਆ ਤਾਂ ਅੱਗੇ ਤੁਹਾਡੇ ਕੋਲੇ 1 ਮਾਈਨਸ ਹੋ ਜੂਗਾ 11 'ਚੋਂ 1 ਘਟਾ ਦੋਗੇ 10 ਮਤਲਬ ਤੁਹਾਡੇ ਕੋਲੇ ਜਿਹੜਾ ਦੂਸਰਾ ਨੰਬਰ ਹੈ ਉਹ ਵੀ ਕਿੰਨਾ ਆਜੂਗਾ ਜੀ 10 ਤਾਂ ਬੱਚੋ ਦੂਸਰਾ ਨੰਬਰ ਵੀ ਕਿੰਨਾ ਆ ਗਿਆ 10 ਪਹਿਲਾ ਨੰਬਰ ਵੀ 10 ਦੂਸਰਾ ਨੰਬਰ ਵੀ 10 ਤਾਂ ਇਸ ਕੁਸ਼ਣ ਦਾ ਜਿਹੜਾ ਆਪਣਾ ਆਨਸਰ ਹੈ ਉਹ ਕੀ ਆਜੂਗਾ ਜੀ ਏ অপਸ਼ਨ ਤਾਂ ਬੱਚਿਓ ਇਸ ਕੁਐਸ਼ਨ ਦਾ ਆਨਸਰ ਆ ਗਿਆ ਏ অপਸ਼ਨ ਚਲਿਏ ਜੀ ਨੈਕਸਟ ਚਲਦੇ ਆ ਇਸ ਤਰੀਕੇ ਦੇ ਕੁਐਸ਼ਨ ਆਏ ਹੋਏ ਨੇ ਜੀ ਆਪਣੇ ਪੀਟ੍ਰੀਪਲੱਸਬੀ ਦੇ ਇਹ ਕੁਐਸ਼ਨ ਬੱਚਿਓ ਤੁਹਾਨੂੰ ਆਨ ਨਾਲੇ ਜਿੰਨੇ ਵੀ ਆਪਣੇ ਪੀਟ੍ਰੀਪਲੱਸਬੀ ਦੇ ਐਗਜ਼ਾਮਸ ਨੇ ਉਹਨਾਂ ਦੇ ਵਿੱਚ ਕਾਫੀ ਮਦਦ ਕਰਨਗੇ ਜੀ ਠੀਕ ਹੈ ਉਹਨਾਂ ਦੇ ਵਿੱਚ ਕਾਫੀ ਹੈਲਪ ਕਰਨਗੇ ਤਾਂ ਦੇਖੋ ਨੈਕਸਟ ਚਲਦੇ ਆ ਜੀ ਨੈਕਸਟ ਕੁਐਸ਼ਨ ਆ ਦੇਖੋ 69 ਨੰਬਰ ਕਹਿੰਦਾ ਜੀ ਐਨਲੋਗੀ ਦਾ ਕੁਐਸ਼ਨ ਹੈ ਹਾਰਟ ਇਜ਼ ਰਿਲੇਟਡ ਟੂ ਬਲੱਡ ਹਾਰਟ ਹੈ ਬੱਚੋ ਹਾਰਟ ਕੀ ਕੰਮ ਕਰਦਾ ਹੈ ਹਾਰਟ ਹੈ ਜਿਹੜਾ ਬਲੱਡ ਨੂੰ ਪੰਪ ਕਰਦਾ ਹੈ ਠੀਕ ਹੈ ਜੀ ਹਾਰਟ ਹੈ ਜਿਹੜਾ ਕੀ ਕਰਦਾ ਆਪਣੇ ਬਲੱਡ ਨੂੰ ਪਿਉਰੀਫਾਈ ਕਰਕੇ ਆਪਣੀ ਸਾਰੀ ਬੋਡੀ ਤੱਕ ਭੇਜਦਾ ਜੇ ਤੁਹਾਨੂੰ ਪਤਾ ਹੋਵੇ ਹਾਰਟ ਦੇ ਚਾਰ ਚੈਂਬਰ ਹੁੰਦੇ ਨੇ ਜੀ ਆਪਣੇ ਹਾਰਟ ਦੇ ਕਿੰਨੇ ਚੈਂਬਰ ਹੁੰਦੇ ਨੇ ਚਾਰ ਚੈਂਬਰ ਹੁੰਦੇ ਨੇ ਹਾਰਟ ਦੇ ਚਾਰ ਚੈਂਬਰ ਹੁੰਦੇ ਨੇ ਤੇ ਹਾਰਟ ਦਾ ਕੰਮ ਹੈ ਬਲੱਡ ਨੂੰ ਪੰਪ ਕਰਕੇ ਸਾਰੀ ਬੋਡੀ ਤੱਕ ਭੇਜਣਾ ਇਸੇ ਤਰੀਕੇ ਨਾਲ ਲੰਗਸ ਦਾ ਕੀ ਕੰਮ ਹੈ ਬੱਚੋ ਲੰਗਸ ਦਾ ਕੰਮ ਹੈ ਆਕਸੀਜਨ ਨੂੰ ਆਕਸੀਜਨ ਨੂੰ ਸਾਰੀ ਬੋਡੀ ਤੱਕ ਪ੍ਰੋਵਾਈਡ ਕਰਵਾਉਣਾ ਲੰਗਸ ਦਾ ਕੰਮ ਹੁੰਦਾ ਆਕਸੀਜਨ ਨੂੰ ਸਾਰੀ ਬੋਡੀ ਤੱਕ ਪ੍ਰੋਵਾਈਡ ਕਰਵਾਉਣਾ ਤਾਂ ਬੱਚੋ ਲੰਗਸ ਆਰ ਰਿਲੇਟਡ ਟੂ ਆਕਸੀਜਨ ਨੈਕਸਟ ਕੁਐਸਚਨ 70 ਕਲਾਸ ਸੀਫੀਕੇਸ਼ਨ ਦਾ ਕੁਐਸਚਨ ਹੈ ਜੀ ਕਹਿੰਦਾ 3 ਆਰ ਅਲਾਈਕ ਐਂਡ 4th ਇਸ ਡਿਫਰੈਂਟ ਤਿੰਨ ਸੇਮ ਨੇ ਚੌਥਾ ਡਿਫਰੈਂਟ ਹੈ ਤਾਂ ਉਹ ਡਿਫਰੈਂਟ ਦੱਸੋ ਪਹਿਲਾ ਵਰਡ ਹੈ ਜੀ ਕੰਗਰੀਗੇਟ ਐਗਰੀਗੇਟ ਡਿਸਪਰਸ ਤੇ ਐਕਿਊਮੂਲੇਟ ਇੰਨਾ ਤਿੰਨਾਂ ਦਾ ਮਤਲਬ ਹੁੰਦਾ ਬੱਚੋ ਇਕੱਠਾ ਕਰਨਾ ਇੰਨਾ ਤਿੰਨਾਂ ਦਾ ਮਤਲਬ ਹੁੰਦਾ ਇਕੱਠਾ ਕਰਨਾ ਬਟ ਡਿਸਪਰਸ ਡਿਸਪਰਸ ਦਾ ਮਤਲਬ ਹੁੰਦਾ ਖੰਡਾ ਦੇਣਾ ਡਿਸਪਰਸ ਦਾ ਮਤਲਬ ਹੁੰਦਾ ਖੰਡਾ ਦੇਣਾ ਤਾਂ ਤੁਹਾਡੇ ਕੋਲੇ ਇਸ ਕੁਐਸਚਨ ਦਾ ਆਨਸਰ ਕੀ ਆਊਗਾ ਸੀ অপਸ਼ਨ ਡਿਸਪਰਸ ਦਾ ਮਤਲਬ ਹੁੰਦਾ ਖੰਡਾ ਦੇਣਾ ਬਾਕੀ ਤਿੰਨੋਂ ਸ਼ਬਦ ਦਾ ਮਤਲਬ ਹੁੰਦਾ ਇਕੱਠਾ ਕਰਨਾ ਜੀ ਨੈਕਸਟ ਚੱਲਦੇ ਆਂ ਬੱਚੋ 71 ਨੰਬਰ ਕੁਐਸਚਨ ਤੇ 71 ਕੀ ਕਹਿ ਰਿਹਾ ਦੇਖੋ ABC ਆਰ ਸਿਸਟਰਸ ABC ਤਿੰਨੋਂ ਭੈਣਾਂ ਹਨ ABC ਬਲੱਡ ਰਿਲੇਸ਼ਨ ਦੀ ਕਲਾਸ ਜੀ 4 ਵਜੇ ਲਾਈਵ ਕਲਾਸ ਸ਼ੁਰੂ ਕੀਤੀ ਆ ਤਾਂ ਜਰੂਰ ਜੁਆਇਨ ਕਰੋ ਠੀਕ ਹੈ ਦਿੱਲੀ 4 ਵਜੇ ਲਾਈਵ ਕਲਾਸ ਲਗਿਆ ਕਰੂਗੀ ਮੈਥ ਅਤੇ ਰੀਜ਼ਨਿੰਗ ਦੀ ਪਹਿਲਾ ਰੀਜ਼ਨਿੰਗ ਦਾ ਟੌਪਿਕ ਸਟਾਰਟ ਕੀਤਾ ਹੈ ਇਸੇ ਤਰੀਕੇ ਨਾਲ ਇੱਕ ਇੱਕ ਟੌਪਿਕ ਕਰਕੇ ਕਵਰ ਕਰਦੇ ਚੱਲਾਂਗੇ ਤਾਂ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਕੇ ਰੱਖਿਓ ਬਾਲਾਜੀ ਐਜੂਕੇਸ਼ਨ ਪੁਆਇੰਟ ABC ਤਿੰਨੋਂ ਪੜਨਾ ਹਨ D ਇਸ ਬ੍ਰਦਰ ਆਫ E ਹਲੇ D ਤੇ E ਦਾ ਆਪਾਂ ਨੂੰ ਨਹੀਂ ਪਤਾ E ਇਸ ਡਾਟਰ ਆਫ B ਦੇਖੋ E ਕੁੜੀ ਹੈ B ਦੀ E ਬੱਚੋ ਕੁੜੀ ਹੈ B ਦੀ ਡਾਟਰ ਹੈ ਤਾਂ نیچے ਬਣਾਵਾਂਗੇ ਤੇ ਡੀ ਭਾਈ ਐ ਈ ਦਾ ਡੀ ਇਜ਼ ਬ੍ਰਦਰ ਆਫ ਈ ਆ ਬੱਚੋ ਡਾਇਗਰਾਮ ਬਣ ਗਈ ਤਾਂ ਕਹਿੰਦਾ ਹਾਉ ਏ ਰਿਲੇਟਡ ਟੂ ਡੀ ਤਾਂ ਏ ਕੀ ਲੱਗੀ ਡੀ ਦੀ ਡੀ ਦੀ ਮੰਮੀ ਦੀ ਭੈਣ ਮੰਮੀ ਦੀ ਭੈਣ ਕੀ ਹੁੰਦੀ ਆ ਬੱਚੋ ਮਾਸੀ ਮਾਸੀ ਨੂੰ ਆਪਾਂ ਕੀ ਕਹਿੰਦੇ ਆ ਮਟਰਨਲ ਆਂਟ ਚਾਹੇ ਪੰਜਾਬੀ ਚ ਲਗਾ ਸਕਦੇ ਹੋ ਡੀ ਦੀ ਮੰਮੀ ਦੀ ਭੈਣ ਕਈ ਬੱਚੇ ਨਾ ਏ ਚ ਬਹੁਤ ਕਨਫਿਊਜ਼ ਹੁੰਦੇ ਨੇ ਏ ਰਿਲੇਟਡ ਟੂ ਡੀ ਠੀਕ ਹੈ ਇਹਦਾ ਮਤਲਬ ਹੁੰਦਾ ਏ ਕੀ ਲੱਗਿਆ ਡੀ ਦਾ ਏ ਕੀ ਲੱਗਿਆ ਡੀ ਦਾ ਮਤਲਬ ਬੱਚੋ ਆਪਾਂ ਨੇ ਏ ਬਾਰੇ ਦੱਸਣਾ ਜੀ ਏ ਕੀ ਲੱਗਿਆ ਡੀ ਦਾ ਠੀਕ ਹੈ ਜੀ ਆਪਾਂ ਨੇ ਕਿਦੇ ਬਾਰੇ ਦੱਸਣਾ ਏ ਬਾਰੇ ਦੱਸਣਾ ਕਈ ਬੱਚੇ ਇਸ ਕੁਐਸਚਨ ਦੇ ਵਿੱਚ ਨੇਫਿਊ ਲਗਾ ਆਣਗੇ ਬਟ ਨੇਫਿਊ ਨਹੀਂ ਲਗਾਣਾ ਆਪਾਂ ਨੇ ਦੱਸਣਾ ਏ ਕੀ ਲੱਗਿਆ ਡੀ ਦਾ ਤਾਂ ਏ ਬਾਰੇ ਦੱਸਣਾ ਆਪਣੇ ਕੋਲੇ ਆਨਸਰ ਆ ਗਿਆ ਜੀ ਮਾਸੀ ਡੀ অপਸ਼ਨ ਨੈਕਸਟ ਹੈ 72 ਨੰਬਰ ਕੁਐਸਚਨ ਬੱਚੋ ਮਾਈਨਸ ਦਾ ਮਤਲਬ ਦੇਤਾ ਡਿਵਾਈਡ ਡਿਵੀਜ਼ਨ ਮਾਈਨਸ ਦਾ ਮਤਲਬ ਕੀ ਦੇਤਾ ਡਿਵੀਜ਼ਨ ਪਲੱਸ ਦਾ ਮਤਲਬ ਗੁਣਾ ਬਲੈਂਕ ਦਾ ਮਤਲਬ ਆਪਣੇ ਕੋਲੇ ਇਸ ਹਾਈਫਨ ਦਾ ਮਤਲਬ ਸਬਟ੍ਰੈਕਸ਼ਨ ਮਾਈਨਸ ਗੁਣਾ ਦਾ ਮਤਲਬ ਕੀ ਦੇਤਾ ਬੱਚੋ ਐਡੀਸ਼ਨ ਹੁਣ ਸਭ ਆਪਾਂ ਨੇ ਪਤਾ ਕਰਨੀ ਹੈ ਕਿਹੜੀ ਆਪਸ਼ਨ ਸਹੀ ਬਣ ਰਹੀ ਹੈ ਤਾਂ ਬੱਚੋ ਏ ਕੁਐਸਚਨ ਬਾਈ ਆਪਸ਼ਨ ਹੀ ਕਰਨਾ ਹੁੰਦਾ ਬਾਈ ਆਪਸ਼ਨ ਕਿਵੇਂ ਕਰਨਾ ਜਿਵੇਂ ਪਹਿਲੀ ਆਪਸ਼ਨ ਹੈ ਪਹਿਲੀ ਆਪਸ਼ਨ ਦੇਖੋ 6 ਪਲੱਸ ਦਾ ਮਤਲਬ ਪਲੱਸ ਦਾ ਮਤਲਬ ਕੀ ਦਿੱਤਾ ਹੋਇਆ ਬੱਚੋ ਆਪਣੇ ਕੋਲੇ ਗੁਣਾ 6 ਗੁਣਾ 20 ਮਾਈਨਸ ਮਾਈਨਸ ਦਾ ਮਤਲਬ ਕੀ ਦਿੱਤਾ ਬੱਚੋ ਡਿਵਾਈਡ 12 ਹਾਈਫਨ ਦਾ ਮਤਲਬ ਕੀ ਦਿੱਤਾ ਮਾਈਨਸ 7 ਮਾਈਨਸ ਦਾ ਮਤਲਬ ਕੀ ਦਿੱਤਾ ਮਾਈਨਸ ਦਾ ਮਤਲਬ ਦਿੱਤਾ ਡਿਵਾਈਡ ਇਹ ਆਪਾਂ ਚੈੱਕ ਕਰਨਾ ਵੀ 38 ਦੇ ਬਰਾਬਰ ਆ ਰਿਹਾ ਹੈ ਜਾਂ ਨਹੀਂ ਤਾਂ ਦੇਖੋ ਇਹਨੂੰ ਆਪਾਂ ਕਿਵੇਂ ਸੋਲਵ ਕਰਾਂਗੇ 6 ਗੁਣਾ b ਡਿਵਾਈਡ ਬਾਈ 12 ਦਾ ਮਤਲਬ ਨੀਚੇ 12 ਆ ਜਾਊਗਾ ਮਾਈਨਸ 7 ਡਿਵਾਈਡ 1 ਤਾਂ ਬੱਚਿਓ ਇਹਨੂੰ ਕੈਲਕੂਲੇਟ ਕਰਦੇ ਆ ਤਿੰਨ ਦੇ ਪਹਾੜੇ ਤੇ ਵੰਡ ਦੋ ਚਾਹੇ 6 ਦੇ ਪਹਾੜੇ ਤੇ ਵੰਡ ਦੋ 6 ਦੁਨੀ ਦੋ 12 2 ਨੂੰ 20 ਤੇ ਵੰਡੋਂਗੇ ਜੀ ਕਿੰਨਾ ਆ ਗਿਆ 10 10 7 1 ਕਿੰਨਾ ਹੁੰਦਾ ਬੱਚੋ 7 10 ਚੋਂ 7 ਘਟਾਓਗੇ ਤੁਹਾਡਾ 3 ਬਣ ਰਿਹਾ 38 ਨਹੀਂ ਬਣ ਰਿਹਾ ਪਹਿਲੀ ਆਪਸ਼ਨ ਤੁਹਾਡੀ ਕੀ ਹੋਗੀ ਗਲਤ ਹੋਗੀ ਤੀਸਰੀ ਆਪਸ਼ਨ ਚੈੱਕ ਕਰ ਲੈਣੇ ਆ ਜੀ ਦੇਖੋ 6 ਇਸ ਦਾ ਮਤਲਬ ਹੈ ਜੀ ਮਾਈਨਸ b ਗੁਣਾ ਦਾ ਮਤਲਬ ਹੈ ਜੀ ਆਪਣੇ ਕੋਲੇ ਪਲੱਸ 12 ਪਲੱਸ ਦਾ ਮਤਲਬ ਹੈ ਆਪਣੇ ਕੋਲੇ ਮਲਟੀਪਲਾਈ 7 ਮਾਈਨਸ ਦਾ ਮਤਲਬ ਹੈ ਡਿਵਾਈਡ 1 ਤਾਂ ਦੇਖੋ ਇਹ ਬਣ ਜੂਗਾ ਬੱਚੋ ਆਪਣੇ ਕੋਲੇ 6 b 12 ਨੂੰ 7 ਨਾਲ ਗੁਣਾ ਕਰਾਂਗੇ ਡਿਵਾਈਡ ਬਾਈ 1 ਕਰਾਂਗੇ ਤਾਂ 7 ਦਾ 7 ਹੀ ਰਹਿ ਜੂਗਾ 12 7 ਦਾ ਕਿੰਨਾ ਹੁੰਦਾ 84 ਤਾਂ ਬੱਚੋ ਦੇਖੋ 84 ਤੇ 6 ਜੋੜ ਦੋ 84 ਤੇ 6 ਜੋੜੋਂਗੇ 90 90 ਚੋਂ 20 ਘਟਾ ਦੋਗੇ ਤੁਹਾਡੇ ਕੋਲੇ ਕਿੰਨਾ ਆ ਗਿਆ 70 ਤਾਂ ਮਤਲਬ ਆਪਸ਼ਨ ਬਿਲਕੁਲ ਸਹੀ ਬਣੂਗੀ ਜੀ ਆਪਣੇ ਕੋਲੇ ਕਿੰਨਾ ਬਣ ਗਿਆ ਸੀ ਆਪਸ਼ਨ ਬਿਲਕੁਲ ਸਹੀ ਹੈ ਤਾਂ ਆਨਸਰ ਆ ਗਿਆ 70 ਮੈਥਮੈਟਿਕਲ ਆਪਰੇਸ਼ਨ ਟੌਪਿਕ ਦੇ ਵਿੱਚੋਂ ਕੁਐਸਚਨ ਪਾਇਆ ਹੋਇਆ ਜੀ ਸਿੰਪਲ ਬੋਡ ਮਾਸ ਦੇ ਵਿੱਚੋਂ ਤਾਂ ਸਿੰਪਲ ਬੋਡ ਮਾਸ ਸਿੰਪਲੀਫਿਕੇਸ਼ਨ ਜੇ ਤੁਹਾਡੇ 8 10 ਨੰਬਰ ਦਾ ਵੀ ਰੀਜ਼ਨਿੰਗ ਆ ਰਹੀ ਹੈ ਉਹ ਚ ਵੀ ਕੁਐਸਚਨ ਆਊਗਾ ਜੀ ਸਿੰਪਲੀਫਿਕੇਸ਼ਨ ਦੀ ਮੈਂਨੇ 4 ਵੀਡੀਓਜ਼ ਬਣਾਈਆਂ ਹੋਈਆਂ ਨੇ ਉਹਨਾਂ ਨੂੰ ਜ਼ਰੂਰ ਸੁਣ ਲਿਓ ਠੀਕ ਹੈ ਜੀ ਨੈਕਸਟ ਚੱਲਦੇ ਆ ਜੀ ਅਗਲੇ ਕੁਐਸਚਨ ਦੇ ਵਿੱਚੋਂ ਨੈਕਸਟ ਕੁਐਸਚਨ ਵੈਨ ਡਾਇਗਰਾਮ ਦਾ ਕੁਐਸਚਨ ਹੈ ਦੇਖੋ ਵੈਨ ਡਾਇਗਰਾਮ ਦਾ ਕੁਐਸਚਨ ਹੈ ਸਿਟੀਜ਼ਨਸ ਨਾਗਰਿਕ ਐਜੂਕੇਟਿਡ ਪੜ੍ਹੇ ਲਿਖੇ ਮੈਨ ਮਰਦ ਤਾਂ ਦੇਖੋ ਬੱਚੋ ਚਾਹੇ ਪੜ੍ਹੇ ਲਿਖੇ ਹੋਣ ਚਾਹੇ ਅਨਪੜ੍ਹ ਹੋਣ ਸਾਰੇ ਨਾਗਰਿਕ ਹੋਣਗੇ ਦੇਸ਼ ਦੇ ਹਾਂ ਜਾਂ ਨਾ ਚਾਹੇ ਆਦਮੀ ਹੋਣ ਚਾਹੇ ਔਰਤਾਂ ਹੋਣ ਸਾਰੇ ਕੀ ਹੋਣਗੇ ਨਾਗਰਿਕ ਹੋਣਗੇ ਦੇਸ਼ ਦੇ ਮਤਲਬ ਪੜ੍ਹੇ ਲਿਖੇ ਤੇ ਮਰਦ ਦੋਨੋਂ ਆਪਣੇ ਕੋਲੇ ਕਿਹਦੇ ਵਿੱਚ ਆਣੇ ਚਾਹੀਦੇ ਨੇ ਸਿਟੀਜ਼ਨ ਦੇ ਵਿੱਚ ਤਾਂ ਪਹਿਲੀ ਆਪਸ਼ਨ ਦਾ ਉਰੋ ਹੀ ਗਲਤ ਹੋ ਗਈ ਆ ਆਪਸ਼ਨ ਵੀ ਗਲਤ ਹੋ ਗਈ ਕਿਉਂਕਿ ਜੀ ਸਾਰੇ ਪੜ੍ਹੇ ਲਿਖੇ ਤੇ ਸਾਰੇ ਮਰਦ ਕਿਦੇ ਵਿੱਚ ਆਣਗੇ ਨਾਗਰਿਕ ਦੇ ਵਿੱਚ ਨਾਗਰਿਕ ਦੇ ਵਿੱਚ ਆਣਗੇ ਹੁਣ ਬੀ ਆਪਸ਼ਨ ਗਲਤ ਹੈ ਕਿਉਂ ਗਲਤ ਹੈ ਕਿਉਂਕਿ ਜੀ ਕੁਝ ਮਰਦ ਪੜੇ ਲਿਖੇ ਵੀ ਤਾਂ ਹੋਣਗੇ ਹਨਾ ਸਾਰੇ ਮਰਦ ਮੰਨ ਲਓ ਪੜੇ ਲਿਖੇ ਨਹੀਂ ਹੈਗੇ ਬਟ ਕੁਝ ਮਰਦ ਕੀ ਹੋਣਗੇ ਪੜੇ ਲਿਖੇ ਹੋਣਗੇ ਕੁਝ ਮਰਦ ਕੀ ਹੋਣਗੇ ਅਨਪੜ ਹੋਣਗੇ ਤਾਂ ਦੇਖੋ ਆਹ ਡਾਇਗਰਾਮ ਬਣੂਗੀ ਜੀ ਆ ਆ ਆਪਣੇ ਕੋਲੇ ਬਣ ਗਿਆ ਸਿਟੀਜ਼ਨ ਬਾਹਰਲੇ ਆ ਬਣ ਗਏ ਮੰਨ ਲਓ ਪੜੇ ਲਿਖੇ ਐਜੂਕੇਟਿਡ ਆ ਬਣ ਗਏ ਮੇਲ ਮੈਨ ਤਾਂ ਕੁਝ ਮੈਨ ਐਜੂਕੇਟਿਡ ਨੇ ਤੇ ਆਣਗੇ ਸਾਰੇ ਕਿਹਦੇ ਵਿੱਚ ਸਿਟੀਜ਼ਨ ਦੇ ਵਿੱਚ ਤਾਂ ਆਪਣੇ ਕੋਲੇ ਬੱਚੋ ਆਪਣੇ ਕੋਲੇ ਆਨਸਰ ਆ ਗਿਆ ਸੀ ਆਪਸ਼ਨ ਜੀ ਆਪਣੇ ਕੋਲੇ ਆਨਸਰ ਆ ਗਿਆ ਸੀ ਆਪਸ਼ਨ ਚਲੋ ਜੀ ਨੈਕਸਟ ਕੁਐਸਚਨ ਤੇ ਚੱਲਦੇ ਆਪਾਂ 74 ਨੰਬਰ ਕੁਐਸਚਨ ਵਧੀਆ ਕੁਐਸਚਨ ਹੈ ਅਰਿਥਮੈਟਿਕ ਰੀਜ਼ਨਿੰਗ ਟੌਪਿਕ ਦਾ ਕੁਐਸਚਨ ਪਾਇਆ ਹੋਇਆ ਜੀ ਅਰਿਥਮੈਟਿਕ ਰੀਜ਼ਨਿੰਗ ਦਾ ਵਧੀਆ ਕੁਐਸਚਨ ਹੈ ਇਹ ਜੇ ਤੁਹਾਨੂੰ ਲੱਗਦਾ ਹੈ ਨਾ ਜੀ ਜਿਵੇਂ ਪੇਪਰ ਦੇ ਵਿੱਚ ਕੀ ਹੋ ਰਿਹਾ ਹੈ ਹੁਣ ਨਾਲੇ ਪੀਟ੍ਰੀਪਲ ਐਸਬੀ ਐਗਜ਼ਾਮ ਦੇ ਵਿੱਚ ਮੈਥ ਦੀ ਜਿਹੜੀ ਕੁਆਂਟੀਟੀ ਹੈ ਮੈਥ ਕੱਟ ਕਰੀ ਜਾ ਰਹੇ ਨੇ ਮੈਥ ਦੀ ਮਾਰਕਸ ਨੇ ਜਿਹੜੇ ਉਹ ਕੱਟ ਕਰੀ ਜਾ ਰਹੇ ਨੇ ਤਾਂ ਬੱਚੋ ਤੁਸੀਂ ਕੀ ਕਰਨਾ ਹੈ ਅਰਿਥਮੈਟਿਕ ਰੀਜ਼ਨਿੰਗ ਦਾ ਚੰਗੀ ਤਰ੍ਹਾਂ ਕੋਟਾ ਮਾਰ ਲਿਓ ਮਤਲਬ ਆਰ ਐਸ ਅਗਰਵਾਲ ਦਾ ਕਲਾ ਕਲਾ ਸਵਾਲ ਸਮਝ ਕੇ ਸੋਲਵ ਕਰ ਲਿਓ ਕਿਉਂਕਿ ਅਰਿਥਮੈਟਿਕ ਰੀਜ਼ਨਿੰਗ ਨੂੰ ਅਰਿਥਮੈਟਿਕ ਰੀਜ਼ਨਿੰਗ ਹੈ ਜਿਹੜੀ ਉਹ ਮੈਥ ਦਾ ਕਾਫੀ ਪਾਰਟ ਕਵਰ ਕਰਦੀ ਹੈ ਉਹਦੇ ਵਿੱਚੋਂ ਹੀ ਕੁਐਸਚਨ ਪਾਉਣ ਲੱਗ ਗਏ ਜੀ ਹੁਣ ਠੀਕ ਹੈ ਜੀ ਚਲੋ 74 ਨੰਬਰ ਕੁਐਸਚਨ ਕਹਿੰਦਾ ਇੱਕ ਦੁਕਾਨ ਦੇ ਉੱਤੇ ਸੋਹਣ ਨੇ 6 ਇਰੇਜ਼ਰਾਂ ਤੇ 2 ਪੈਨ ਖਰੀਦੇ 15 ਰੁਪਏ ਦੇ ਦੇਖੋ ਲੈਟ ਕਰੋ ਪਹਿਲਾਂ ਤਾਂ ਜੀ ਇੱਕ ਇਰੇਜ਼ਰ ਦਾ ਰੇਟ x ਰੁਪਏ ਹੈ ਅਤੇ ਇੱਕ ਪੈਨ ਦਾ ਰੇਟ y ਰੁਪਏ ਹੈ ਹੁਣ 6 ਇਰੇਜ਼ਰਾਂ ਖਰੀਦੀਆਂ 6 ਇਰੇਜ਼ਰ ਨੇ ਬੱਚੋ ਕੇ ਡੇਜ਼ ਨਾਲ ਖਰੀਦੀਆਂ ਤਾਂ 6x ਕਿਉਂਕਿ ਇੱਕ ਦਾ ਰੇਟ x ਰੁਪਏ ਆ ਤਾਂ 6 ਦਾ ਰੇਟ 6x ਹੋ ਗਿਆ ਦੋ ਪੈਨ ਖਰੀਦੇ ਇੱਕ ਪੈਨ ਦਾ ਰੇਟ y ਰੁਪਏ ਆ ਤਾਂ ਦੋ ਪੈਨ ਦਾ ਰੇਟ 2y ਕਿਹਦੇ ਬਰਾਬਰ ਹੋ ਗਿਆ ਜੀ 15 ਰੁਪਏ ਆ ਤਾਂ ਬੱਚੋ ਤੁਹਾਡੇ ਕੋਲੇ ਬਣ ਗਈ ਪਹਿਲੀ ਇਕੁਏਸ਼ਨ ਦੂਸਰੀ ਇਕੁਏਸ਼ਨ ਕਹਿੰਦਾ ਨੰਬਰ ਆਫ ਇਰੇਜ਼ਰ ਫॉर 14 14 ਰੁਪਏ ਦੀਆਂ ਜਿੰਨੀਆਂ ਇਰੇਜ਼ਰਾਂ ਖਰੀਦੀਆਂ ਇੱਕ ਇਰੇਜ਼ਰ ਦਾ ਰੇਟ x ਰੁਪਏ ਆ ਤਾਂ 14 ਰੁਪਏ ਦੀਆਂ ਕਿੰਨੀਆਂ ਇਰੇਜ਼ਰਾਂ ਆ ਜਾਣਗੀਆਂ 14 ਵਟ x -9 ਰੁਪਏ ਦੇ ਜਿੰਨੇ ਪੈਨ ਖਰੀਦੇ ਇੱਕ ਪੈਨ Y ਰੁਪਏ ਦਾ ਤਾਂ 9 ਰੁਪਏ ਦੇ ਕਿੰਨੇ ਪੈਨ ਹੋਗੇ 9/Y ਇਹਨਾਂ ਦਾ ਜਿਹੜਾ ਡਿਫਰੈਂਸ ਆ ਉਹ ਕਾਦੇ ਬਰਾਬਰ ਦਿੱਤਾ ਬੱਚੋ 4 ਦੇ ਬਰਾਬਰ ਦਿੱਤਾ ਕਾਦੇ ਬਰਾਬਰ ਦਿੱਤਾ 4 ਦੇ ਤਾਂ ਆਹ ਦੋ ਇਕੁਏਸ਼ਨਾਂ ਬਣ ਗਈਆਂ ਹੁਣ ਇਹਨਾਂ ਦੇ ਦੋ ਇਕੁਏਸ਼ਨਾਂ ਨੂੰ ਤੁਸੀਂ ਹੱਲ ਕਰਨ ਬੈਠੋਗੇ ਤੁਹਾਨੂੰ ਕਾਫੀ ਟਾਈਮ ਵੇਸਟ ਹੋਊਗਾ ਜੀ ਤਾਂ ਇਸ ਕੁਐਸਚਨ ਇਕੁਏਸ਼ਨ ਬਣਾਉਣ ਤੋਂ ਬਾਅਦ ਤੁਸੀਂ ਬਾਈ ਆਪਸ਼ਨ ਕਰਨਾ ਹੈ ਬਾਈ ਆਪਸ਼ਨ ਕਿਵੇਂ ਕਰਨਾ ਹੈ ਠੀਕ ਹੈ ਜੀ ਇੱਕ ਇੱਕ ਚੱਕ ਕੇ ਆਪਸ਼ਨ ਚੱਕੋਗੇ ਆਪਾਂ ਨੇ ਆਪਸ਼ਨ ਚੱਕ ਲਈ ਮੰਨ ਲਓ ਸੀ ਆਪਸ਼ਨ ਜੀ ਸੀ ਆਪਸ਼ਨ 2.25 ਠੀਕ ਹੈ ਜੀ 2.25 ਪੈਨ ਦਾ ਪ੍ਰਾਈਸ ਤਾਂ ਦੇਖੋ ਪੈਨ ਦਾ ਪ੍ਰਾਈਸ Y ਦੀ ਵੈਲਿਊ 2.25 ਆ ਗਈ ਤਾਂ ਮਤਲਬ 2Y 2 2.25 ਹੋ ਗਿਆ 2 2.25 ਕਰੂੰਗਾ 4.5 ਰੁਪਏ ਬਣ ਗਿਆ ਜੀ 4.5 ਰੁਪਏ ਮਤਲਬ 6x ਸਾਡੇ 4 ਰੁਪਏ ਕਾਦੇ ਬਰਾਬਰ ਬਣ ਗਿਆ 15 ਰੁਪਏ ਦੇ ਆ ਸਾਡੇ 4 ਇੱਧਰ ਜਾ ਕੇ ਮਾਈਨਸ ਹੋ ਗਿਆ ਤਾਂ 6x ਕਾਦੇ ਬਰਾਬਰ ਆ ਗਿਆ ਤੁਹਾਡੇ ਕੋਲੇ 1.5 ਰੁਪਏ ਦੇ ਤਾਂ x ਦੀ ਵੈਲਿਊ ਕਿੰਨੀ ਆ ਜੂਗੀ ਬੱਚੋ 1.5 ਨੂੰ 6 ਨਾਲ ਵੰਡ ਦਿਓ ਜੀ 1.5 ਨੂੰ 6 ਨਾਲ ਵੰਡੋਂਗੇ ਤਾਂ ਇਹਨੂੰ ਵੰਡੋ 6 1=6 ਠੀਕ ਹੈ ਜੀ ਅੱਗੇ ਪੁਆਇੰਟ ਲੱਗ ਜੂਗਾ 45 6 7 42 1.75 ਇਹ ਬੰਡਿਆ ਗਿਆ ਜੀ 1.75 ਤਾਂ ਤੁਹਾਡੇ ਕੋਲੇ ਮਤਲਬ ਇੱਕ ਹੀ ਰੇਜ਼ਰ ਦਾ ਰੇਟ ਆ ਗਿਆ 1.75 ਹੁਣ ਜੇ ਆਪਾਂ ਇਹ ਵੈਲਿਊ ਨੂੰ ਇੱਧਰ ਪੁੱਟ ਕਰਕੇ ਦੇਖੀਏ ਜੇ ਡਿਫਰੈਂਸ 4 ਦੇ ਬਰਾਬਰ ਆ ਗਿਆ ਤਾਂ ਮਤਲਬ ਤੁਹਾਡਾ ਆਨਸਰ ਸਹੀ ਹੈ ਤਾਂ ਦੇਖੋ ਕਿਵੇਂ 14 ਵਟਾ ਰੇਜ਼ਰ ਦਾ ਰੇਟ ਕਿੰਨਾ ਆ ਗਿਆ ਆਪਣੇ ਕੋਲੇ 1.75 ਮਾਈਨਸ 9 ਵਟਾ ਪੈਨ ਦਾ ਰੇਟ ਕਿੰਨਾ ਆ ਗਿਆ 2.25 ਉਨੇ ਇਹਨਾਂ ਦਾ ਡਿਫਰੈਂਸ ਚੈੱਕ ਕਰਨਾ ਆਪਣੇ ਕੋਲੇ ਚੈੱਕ ਕਰੋ ਵੀ ਕਿੰਨਾ ਆ ਰਿਹਾ ਹੈ 14 ਨੂੰ 1.75 ਨਾਲ ਡਿਵਾਈਡ ਕਰੋਗੇ ਬੱਚੋ ਤੁਹਾਡੇ ਕੋਲੇ ਆ ਜਾਊਗਾ 8 9 ਨੂੰ 2.25 ਨਾਲ ਡਿਵਾਈਡ ਕਰੋਗੇ ਤੁਹਾਡੇ ਕੋਲੇ ਆ ਗਿਆ 4 ਤਾਂ 8 ਚੋਂ 4 ਘਟਾਓਗੇ ਕਿੰਨਾ ਡਿਫਰੈਂਸ ਆ ਗਿਆ 4 ਤੇ ਉਹਨੇ ਦਿੱਤਾ ਵੀ ਕਿੰਨਾ ਡਿਫਰੈਂਸ ਹੋਇਆ 4 ਮਤਲਬ ਤੁਹਾਡੀ ਜਿਹੜੀ A ਆਪਸ਼ਨ ਪੁੱਟ ਕੀਤੀ ਸੀ ਵੀ ਪੈਨ ਦਾ ਰੇਟ 2.25 ਹੈ ਤਾਂ ਬਿਲਕੁਲ ਸਹੀ ਹੈ ਜੀ ਤਾਂ ਬੱਚਿਓ ਬਾਏ অপਸ਼ਨ ਹੀ ਪਿਕ ਕਰਨਾ ਪਊਗਾ ਜੇ ਤੁਸੀਂ ਵੈਸੇ ਕੈਲਕੂਲੇਸ਼ਨ ਕਰਨ ਬੈਠੋਗੇ ਤਾਂ ਕਾਫੀ ਲੰਮੀ ਜਾਊਗਾ ਅਰਿਥਮੈਟਿਕ ਰੀਜ਼ਨਿੰਗ ਦਾ ਕੁਐਸਚਨ ਸੀ ਸੇਮ ਡਿੱਟੋ ਕੁਐਸਚਨ ਆਪਣੇ ਆਰ ਐਸ ਅਗਰਵਾਲ ਦੇ ਵਿੱਚ ਪਿਆ ਕਿਸੇ ਬੁੱਕ ਨੂੰ ਮੈਂ ਪ੍ਰਮੋਟ ਨਹੀਂ ਕਰ ਰਿਹਾ ਜਿਹੜੀ ਚੀਜ਼ ਜਿੱਥੋਂ ਮਿਲੂਗੀ ਉਹੀ ਚੀਜ਼ ਦੱਸੂਗਾ ਜੀ ਠੀਕ ਹੈ ਅਰਿਥਮੈਟਿਕ ਰੀਜ਼ਨਿੰਗ ਆਰ ਐਸ ਅਗਰਵਾਲ ਚ ਸਭ ਤੋਂ ਵਧੀਆ ਦਿੱਤੀ ਹੋਈ ਹੈ ਕਿਹੜੀ ਮਰਜ਼ੀ ਬੁੱਕ ਚੱਕ ਲਿਓ ਤਾਂ ਅਰਿਥਮੈਟਿਕ ਰੀਜ਼ਨਿੰਗ ਦਾ ਕੱਲਾ ਕੱਲਾ ਕੁਐਸਚਨ ਲਗਭਗ ਲਗਭਗ 108 ਦੇ ਆਸ-ਪਾਸ ਕੁਐਸਚਨ ਨੇ ਠੀਕ ਆ ਸਾਰੇ ਕੀਤੇ ਹੋਏ ਨੇ ਉਸ ਦੇ ਵਿੱਚ ਇਸ ਤੋਂ ਇਲਾਵਾ ਜੇ ਤੁਹਾਨੂੰ ਮੰਨ ਲਓ ਉਥੋਂ ਕੁਝ ਕੁਐਸਚਨ ਨਹੀਂ ਸਮਝ ਆ ਰਹੇ ਤਾਂ ਮੇਨੇ ਇੱਕ ਵੀਡੀਓ ਵੀ ਬਣਾਈ ਹੋਈ ਆ ਟੋਟਲ 12 ਪਾਰਟਸ ਦੇ ਵਿੱਚ ਸਾਰੇ ਕੁਐਸਚਨ ਕਵਰ ਕੀਤੇ ਹੋਏ ਨੇ ਅਰਿਥਮੈਟਿਕ ਰੀਜ਼ਨਿੰਗ ਦੇ YouTube ਚੈਨਲ ਤੇ ਫ੍ਰੀ ਪਏ ਨੇ ਤੁਸੀਂ ਉਹਨਾਂ ਨੂੰ ਕਵਰ ਕਰ ਸਕਦੇ ਹੋ ਸਾਰਾ ਚੈਪਟਰ ਤੁਸੀਂ ਸਮਝ ਜਾਓਗੇ ਪਰ ਜੇ ਤੁਸੀਂ ਪੀਟ੍ਰੀਪੀਐਸਬੀ ਦੀ ਤਿਆਰੀ ਕਰ ਰਹੇ ਹੋ ਇਹ ਚੈਪਟਰ ਨੂੰ ਖਾਸ ਧਿਆਨ ਰੱਖਿਓ ਜੀ ਇਹ ਚੈਪਟਰ ਵਧੀਆ ਨੰਬਰ ਦਿਵਾਊਗਾ ਤੁਹਾਨੂੰ ਨੈਕਸਟ ਕੁਐਸਚਨ ਹੈ 75 ਨੰਬਰ ਕੁਐਸਚਨ 75 ਨੰਬਰ ਕੁਐਸਚਨ 'ਚ ਬੱਚੋ ਇੱਕ ਸਪੇਸਸ਼ਿਪ ਦੀ ਸਪੀਡ ਦਿੱਤੀ 1260 ਕਿਲੋਮੀਟਰ ਪ੍ਰਤੀ ਘੰਟਾ ਟਾਈਮ ਦਿੱਤਾ 1/7 ਸੈਕਿੰਡ ਆਪਾਂ ਨੇ ਡਿਸਟੈਂਸ ਦੂਰੀ ਪਤਾ ਕਰਨੀ ਹੈ ਠੀਕ ਹੈ ਜੀ ਤਾਂ ਦੇਖੋ ਸਪੀਡ ਦਿੱਤੀ ਬੱਚੋ 1260 ਕਿਲੋਮੀਟਰ ਪ੍ਰਤੀ ਘੰਟਾ ਹੁਣ ਇਹਨੂੰ ਆਪਾਂ ਮੀਟਰ ਪਰ ਸੈਕਿੰਡ 'ਚ ਬਣਾ ਸਕਦੇ ਹਾਂ ਮੀਟਰ ਪਰ ਸੈਕਿੰਡ ਚ ਬਣਾ ਲੀ ਕਿੰਨੇ ਨਾਲ ਗੁਣਾ ਕਰਨਾ ਪਊਗਾ ਆਪਾਂ ਨੂੰ 5/18 ਨਾਲ 5/18 ਨਾਲ ਗੁਣਾ ਕਰ ਲਾਂਗੇ ਤਾਂ ਇਹਦੀ ਕਟਿੰਗ ਕਰ ਦੋ ਕਟਿੰਗ ਕਰਾਂਗੇ ਦੇਖੋ 6 ਦੇ ਪਹਾੜੇ ਤੇ ਵੰਡ ਦੋ 3 ਤੇ ਗਿਆ ਜੀ ਇਹ ਵੰਡਿਆ ਗਿਆ 210 ਤੇ ਇਹਨੂੰ ਵੰਡ ਦੋ ਇਹ ਵੰਡਿਆ ਗਿਆ 70 ਤੇ 70 ਪੰਜਾ 350 ਮੀਟਰ ਪਰ ਸੈਕਿੰਡ 350 ਮੀਟਰ ਪਰ ਸੈਕਿੰਡ ਤੁਹਾਡੇ ਕੋਲੇ ਆ ਗਈ ਸਪੀਡ ਉਹਨਾਂ ਨੇ ਪੁੱਛਿਆ ਟਾਈਮ ਦਿੱਤਾ 1/7 ਸੈਕਿੰਡ ਟਾਈਮ ਦਿੱਤਾ ਬੱਚੋ 1/7 ਸੈਕਿੰਡ ਆਪਾਂ ਨੇ ਕੀ ਪਤਾ ਕਰਨੀ ਹੈ ਦੂਰੀ ਤਾਂ ਦੂਰੀ ਦਾ ਫਾਰਮੂਲਾ ਕੀ ਹੁੰਦਾ ਹੈ ਸਪੀਡ ਗੁਣਾ ਟਾਈਮ ਦੂਰੀ ਦਾ ਫਾਰਮੂਲਾ ਕੀ ਹੁੰਦਾ ਬੱਚੋ ਸਪੀਡ ਗੁਣਾ ਟਾਈਮ ਤਾਂ ਸਪੀਡ ਕਿੰਨੀ ਆਪਣੇ ਕੋਲੇ 350 ਗੁਣਾ ਟਾਈਮ ਕਿੰਨਾ ਆਪਣੇ ਕੋਲੇ 1/7 ਤਾਂ ਇਹਨੂੰ ਵੰਡ ਦੋ 7 5 35 50 ਤੇ ਵੰਡਿਆ ਗਿਆ ਜੀ ਤਾਂ ਤੁਹਾਡੇ ਕੋਲੇ ਜਿਹੜੀ ਦੂਰੀ ਆ ਉਹ ਕਿੰਨੇ ਮੀਟਰ ਆ ਗਈ ਪਿਆ ਮੀਟਰ ਤਾਂ ਤੁਹਾਡੇ ਕੋਲੇ ਬੱਚੋ ਇਸ ਕੁਸ਼ਨ ਦਾ ਜਿਹੜਾ ਆਨਸਰ ਆ ਉਹ ਕਿੰਨਾ ਆਜੂਗਾ 50 ਮੀਟਰ ਤਾਂ ਆਸੀ ਜੀ 10 ਕੁਸ਼ਨ ਜਿਹੜੇ ਮੈਥ ਤੇ ਰੀਜ਼ਨਿੰਗ ਦੇ ਆਏ ਸੀ ਤੁਹਾਨੂੰ ਦੱਸਿਆ ਸਟਾਰਟਿੰਗ ਦੇ ਵਿੱਚ ਵੀ ਜੀਕੇ ਦਾ ਵੀ ਅਸੀਂ ਕਵਰ ਕਰਵਾ ਚੁੱਕੇ ਕੰਪਿਊਟਰ ਵੀ ਅਸੀਂ ਕਵਰ ਕਰਵਾ ਚੁੱਕੇ ਤੇ ਇਸ ਪੇਪਰ ਦੀ ਜੇ ਤੁਹਾਨੂੰ ਪੀਡੀਐਫ ਚਾਹੀਦੀ ਹੈ ਉਹ ਵੀ ਸਾਡੇ ਟੈਲੀਗ੍ਰam ਚੈਨਲ ਤੇ ਮਿਲ ਜੂਗੀ ਉਹਨੂੰ ਡਾਊਨਲੋਡ ਕਰ ਲਿਓ ਜੀ ਠੀਕ ਹੈ ਜੀ ਜਿੰਨਾ ਅਸੀਂ ਵੱਤ ਤੋਂ ਵੱਧ ਤੁਹਾਡੇ ਲਈ ਕਰ ਸਕਦੇ ਆ ਉਹਨਾਂ ਕਰਾਂਗੇ ਬਸ ਤੁਹਾਡਾ ਕੰਮ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਰਤਵਾ ਸ਼ੇਅਰ ਕਰਨਾ ਤੇ ਵੀਡੀਓਜ਼ ਨੂੰ ਲਾਈਕ ਕਰਨਾ ਥੈਂਕ ਯੂ ਸੋ ਮਚ